ਕਿਤਰੇ ਤੇ ਜੇ ਗੱਲ ਸਹੀ ਹੈ ਤੇ ਫਿਰ ਤੇ ਤਖਤ ਗਿਆ ਨਾ ਕਮਰਾ ਉਹਨੇ ਕਹਾ ਅਗਰ ਤੂੰ ਇਹ ਬਾਤ ਐਸੀ ਜਲੋ ਵਾਲੀ ਹੈ ਫਿਰ ਮੇਰੇ 2000 ਨਹੀਂ ਚਲੋ ਇਹ ਸੌਦਾ ਮੈਂ ਕਰੂੰਗਾ ਇਸ ਲਈ ਕਿ 2000 ਹੀ ਜਾਏਗੇ ਨਾ ਹੋ ਗਿਆ ਤਾਂ ਫਿਰ ਕਿਆ ਹੋਗਾ ਅਗਰ ਇਹ ਬਾਤ ਸੱਚੀ ਹੋਈ ਤਾਂ ਫਿਰ ਦਿੱਲੀ ਕਾ ਮੈਂ ਸ਼ਹਿਨਸ਼ਾਹ ਹੋ ਜਾਊਂਗਾ ਤਾਂ ਉਸਨੇ ਗਿਆ ਉਹਨੇ ਕਹਾ ਬਜ਼ੁਰਗੋ ਮੇਰੇ ਕੋਲ ਨੇ 1400 ਰੁਪਏ ਮੇਰੇ ਕੋਲ ਨੇ 1400 ਤੇ ਸੌਦਾ ਹੁੰਦਾ ਉਹਨੇ ਕਹਾ ਲਿਆ ਜਾ ਤੇ ਬੇਸ ਕੀ ਆ ਗਿਆ ਲਿਆ ਜਾ ਜਾ ਉਹਨੇ ਕਹਾ ਦੇਖ ਲਓ ਉਹਨੇ ਕਹਾ ਦੇਖ ਲਓ ਬਸ ਠੀਕ ਹੈ 600 ਰੁਪਏ ਘੱਟ ਹੈ ਨਾ ਕੋਈ ਨਹੀਂ ਫੇਰ ਲੈ ਲਵਾਂ ਫਿਲਹਾਲ 1400 ਦੇ ਦੇ ਜੀ 1400 ਦੀ ਮੁੱਕ ਮੁੱਕਾ ਰੇਟ ਬਣ ਗਿਆ ਸਰ ਕੀ ਲਓਗੇ 1400 ਉਹਨੇ ਦਿੱਤਾ ਉਹ ਸੰਗੀ ਜਿਹੜੇ ਸਾਰੇ ਹੱਸਣ ਕਿ ਯਾਰ ਇਹ ਕੈਸਾ ਪਾਗਲ ਹੈ ਉਸਨੇ 1400 ਰੁਪਏ ਬੈਠੀ ਹੋਈ ਉਹਨੇ ਤਾਂ ਪਾਗਲ ਨੇ 1400 ਰੁਪਏ ਦੇਤੇ ਤੇ ਇਹ ਹੁਣ ਪਾਗਲ ਦੀ ਗੱਲਾਂ ਹੀ ਪਾਗਲਾ ਪਾਗਲ ਦੀ ਗੱਲਾਂ 'ਚ ਆ ਗਿਆ ਭਲਾ ਹੈ ਜੀ ਉਹਨੇ ਕਹਾ ਯਾਰ ਗੱਲ ਮੈਂ ਮੁਤਮਈਨ ਨਾ ਕਿਉਂ ਮੇਰਾ 1400 ਹੀ ਜਾਏਗਾ ਅਤੇ ਹੋਰ ਤਾਂ ਕੁਝ ਨਹੀਂ ਜਾਂਦਾ ਨੁਕਸਾਨ ਦੇ ਲੇਕਿਨ ਅਗਰ ਮੈਂ ਇਹ ਸੌਦਾ ਨਾ ਕਰਾਂ ਤਾਂ ਪੂਰਾ ਬਾਦਸ਼ਾਹ ਤਖਤ ਪਰ ਕੁਛ ਅਰਸੇ ਬਾਅਦ ਯਹੀ ਰੋਕੀ ਉਸ ਤਖਤ ਦਾ ਬਾਦਸ਼ਾਹ ਔਰ ਇਹ ਆਪਣੇ ਦੇਖੋ ਨਾਮ ਮੇਰੇ ਜ਼ਿਹਨ ਮੇਂ ਇਹ ਜੋ ਪਿਸ਼ਾਵਰ ਸੇ ਇਹ ਜੋ ਕਸ਼ਮੀਰ ਸੇ ਔਰ ਪਿਸ਼ਾਵਰ ਤੱਕ ਔਰ ਦਿੱਲੀ ਤੱਕ ਜੋ ਸੜਕ ਹੈ ਇਹ ਜੋ ਆਪ ਜਿਸ ਸੜਕ ਪਰ ਚਲਤੇ ਹੋ ਪੁਰਾਣੀ ਸੜਕ ਵੀ ਇਸਕੇ ਸਾਥ ਹੀ ਚੱਲ ਰਹੀ ਹੈ ਉਹ ਵੀ ਜੀਟੀ ਰੋਡ ਇਹ ਉਸਕਾ ਬਣਾਇਆ ਹੋਇਆ ਲੋਧੀ ਲੋਧੀ ਇਬਰਾਹਿਮ ਲੋਧੀ ਇਬਰਾਹਿਮ ਯਾ ਅਫਗਾਨ ਤੱਕ ਲੋਧੀ ਪਾਤਾ ਇੱਕ ਸਪਾਈ ਬਣ ਕੇ ਆਇਆ ਤਾ ਮੁਗਲੋਂ ਕੇ ਸਾਥ ਤੋ ਇਹ ਫਿਰ ਇਸਕਾ ਕਾਰਨਾਮਾ ਜਿਸ ਲਈ ਇਹ ਸੜਕ ਵਹਾਂ ਸੇ ਯਹਾਂ ਤੱਕ ਬਣਾਈ ਤੋ ਬਾਤ ਸਿਰਫ ਇਤਨੀ ਹੈ ਕਿ ਮੈਨੇ ਕਹਾ ਕਿ ਤਖਤ ਸਾਰੇ ਤਾਜ ਸਾਰੇ ਬਾਂਟਤੇ ਹੈ ਗੁਲਾਮ ਇਨਕੇ ਬਾਜ਼ ਸਮਝ ਆ ਗਈ ਨਾ ਇਹ ਵੋ ਵਾਕਿਆ ਤਖਤ ਸਾਰੇ ਤਾਜ ਸਾਰੇ ਬਾਂਟਤੇ ਹੈ ਗੁਲਾਮ ਇਨਕੇ ਬੁੱਕ ਅਤੇ ਜਾ ਨਹੀਂ ਨਜ਼ਰ ਮੇਂ ਕਿ ਦਿਲ ਫਕਰ ਸੇ ਭਰਾ ਹੁਆ ਇਹ ਤਾਜ ਤਖਤ ਫਕੀਰ ਕੀ ਨਿਗਾਹ ਮੇਂ ਕਿਆ ਠੀਕ ਹੈ ਜੀ ਅਲਾਮਾ ਇਕਬਾਲ ਨੇ ਕਹਾ ਨਾ ਕਿ ਸਿਕੰਦਰ ਔਰ ਸਿਪਾਹ ਜੋ ਹੈ ਨਜ਼ਰ ਮੇਂ ਫਕੀਰ ਕੀ ਨਹੀਂ ਜਾ ਕਿਆ ਚੀਜ਼ ਹੈ ਕਿਤਨੀ ਕਿਤਨੀ ਮੁਮਲਕਤ ਕਾ ਬਾਦਸ਼ਾਹ ਬਣ ਸਕਦਾ ਬੰਦਾ ਆਜ ਵੀ ਅਗਰ ਵਜ਼ੀਰ ਬਣੇ ਜਾਂ ਸਦਰ ਬਣੇ ਕੋਈ ਕਿਸੇ ਮੁਲਕ ਕਤਰੇ ਮੁਲਕ ਹੀ ਹੋਗਾ ਨਾ ਪੂਰੀ ਦੁਨੀਆ ਦਾ ਤਾਂ ਬਾਦਸ਼ਾਹ ਨਹੀਂ ਹੋ ਸਕਦਾ ਹਮ ਫਕੀਰੋ ਕੇ ਗੁਲਾਮ ਹੈ ਹਮ ਜਿੱਧਰ ਜਾਏ ਬਾਦਸ਼ਾਹ ਸੁਭਾਨ ਅੱਲਾਹ ਨਹੀਂ ਸਮਝੇ ਬਾਕੀਓ ਕੋ ਤਾਂ ਛੋੜੋ ਹਮ ਬਾਬਾ ਫਰੀਦ ਕੀ ਚੌਕਟ ਕੇ ਗੁਲਾਮ ਹੈ ਹਮ ਸਰਕਾਰ ਕੇ ਗੁਲਾਮ ਹੈ ਆਪ ਦੇਖ ਲੈ ਕਿ ਮੁਝੇ ਕਿਆ ਮਿਲੀ ਹੋਈ ਹੈ ਸੀਟ ਇਹ ਮੈਨੇ ਤਾਂ ਨਹੀਂ ਕਹਾ ਸੀਟੇ ਰੱਖੋ ਆਪ ਕਹਾਂ ਬੈਠੇ ਹੋ ਔਰ ਇਹ ਨਹੀਂ ਕਿ ਆਪ ਇਸ ਤਕਸੀਮ ਪਰ ਨਾਰਾਜ਼ ਨਹੀਂ ਹੋ ਖੁਸ਼ ਹੋ ਕਿਉਂਕਿ ਮੁਰੀਦ ਕਦਮੋਂ ਮੈਂ ਬੈਠ ਕੇ ਕਿਆ ਹੁੰਦਾ ਹੈ ਖੁਸ਼ ਅਬ ਮਸਲਾ ਇਹ ਹੈ ਕਿ ਅੱਲਾਹ ਰੱਬ ਕਾਇਨਾਤ ਹਮੇ ਜਿਸ ਮਿੰਬਰ ਪਰ ਜਿਸ ਮੁਸੱਲੇ ਪਰ ਖੜਾ ਕਰਤਾ ਹੈ ਵਕਤ ਕਾ ਬਾਦਸ਼ਾਹ ਵੀ ਵਹਾਂ ਆਏਗਾ ਸਦਰ ਵੀ ਆਏਗਾ ਵਜ਼ੀਰ ਆਜ਼ਮ ਵੀ ਆਏਗਾ ਤੋ ਕਹਾਂ ਖੜਾ ਹੋਗਾ ਉਸ ਮੁਸੱਲੇ ਪੇ ਉਸ ਮੈਂਬਰ ਪੇ ਨਹੀਂ ਬੈਠ ਸਕਦਾ ਜੀ ਇਹ ਤੋ ਇੱਕ ਇਮਾਮ ਹੈ ਮਸਜਿਦ ਕੇ ਖਤੀਬ ਹੈ ਜੋ ਮਾਮੂਲੀ ਇਲਮ ਕੇ ਮਾਲਿਕ ਹੋਣਗੇ ਠੀਕ ਹੈ ਨਾ ਤੋ ਇਸ ਲਈ ਇਸ ਲਈ ਇਹ ਤਕਸੀਮ ਹੈ ਖੁਦਾਈ ਸਰਕਾਰ ਦੇ ਆਲਮ ਸੱਲੱਲਾਹੁ ਅਲੈਹਿ ਵਸੱਲਮ ਨਿਸਬਤ ਜਿਸੇ ਮਿਲ ਗਈ ਉਹ ਬਣ ਗਿਆ ਮੁਸਲਮਾਨ ਜਿਸੇ ਇਲਮ ਕੀ ਨਿਸਬਤ ਮਿਲ ਗਈ ਉਹ ਬਣ ਗਿਆ ਇਮਾਮ ਮੁਸਲਮਾਨ ਹੋ ਮੋਮਿਨ ਹੋ ਲੇਕਿਨ ਇਲਮ ਕੀ ਨਿਸਬਤ ਅਭੀ ਆਪਕੇ ਪਾਸ ਅਗਰ ਇਲਮ ਕੀ ਨਿਸਬਤ ਹੋਤੀ ਤੋ ਫਿਰ ਆਪ ਵਹਾਂ
مکانل قرآن یقین حافظ ہے قاری ہے قرآن یاد کر لیتا ہے کہاں بیٹھتے ہیں بالکل الگ مسلے پہ ایسے ہی سنا قال ہے نبی علیہ السلام کی جو سنا کرتا ہے آپ نے لکھی بھی لکھی وہ عالم فاضل بھی لکھے لیکن نسبت سنا آ گئی نسبت محبت آ گئی ساروں سے الگ اس کو مقام ملتا کس وجہ سے نبی کی تو یہ میں نے لکھا بھی یہ نامکمل ہے آپ لکھ رہے ہیں خراب ہوگی تخت سارے تاج سارے غلام بانٹتے ہیں غلام ان کے تاج تخت کی کیا ویلیو ہے بابا جی رحمت اللہ علیہ بیٹھے ہوئے تھے تو ریاس الدین بلبل ایک شخص ہے غلام تھا پاک پتن کا رہنے والا غریب ویلی سی بڑی پہنی اور ویلی سی ایک دھوتی تو بابا جی نے اپنے خادم کو کہا یار اس دن بہت بابا جی کا کہ ہم دعوت تھی بادشاہوں کی شہزادوں کی حاکموں کی وکیلوں کی کوئی بگی میں آ رہا ہے کوئی گھوڑے پہ آ رہا ہے بڑے بڑے جس طرح جو جو اس وقت کی آلہ کچھ ہاتھی پہ آ رہا ہے جی تو تو بڑی عظیم دعوت تھی گایا ہے بڑے بڑے بادشاہ اور یہ آئے ہوئے تھے تو اس نے وہ واپس جانے لگے تو غیاس الدین بلبل کہتا ہے میرے دل میں اس نے خیال آیا کہ میں بھی بابا جی کی حاضری دوں پر جب وہاں گیا تو وہاں بڑے بڑے بادشاہ پگیاں گھوڑے اور بڑی بڑی لائنیں لگی ہیں اور بڑے بڑے خدام جا رہے ہیں بادشاہ جہاں جاتا ہے اس کے ساتھ 50 بندے بھی صاحب ہوتے ہیں ساڈے وزیر اعظم سے جتنے جہاں 45 گاڑیاں 140 بہترین قسم کی اور یہ بھی ہمارے وزیر اعظم کو شوق ہے کہتا ہے کہ میری گاڑی بلیک قلم ہے میرے ساتھ بلیک گاڑیاں اسی ماڈل کی ہونی چاہیے ساتھ چاہے 100 بندہ ساتھ اور وہ ایک گاڑی جو ہے میرا خیال ہے کم از کم بھی نہیں جناب 1.5 کروڑ کی تو ویسے ہمارے نیچے لے رہے تھے وہ 90-95 کروڑ کی گاڑی بلٹ پروف جی زیادہ کی ہو سکتی ہے وہ جو بات ہے تو ٹھیک ہے 1.5 کروڑ کو نہیں 1.5 کروڑ کی گاڑی تو ویسے مل جاتی ہے کیوں بھائی 1.5 کروڑ کی گاڑی کیا یہ تو آپ اللہ تعالیٰ آپ کو دے دے گا تو بات یہ ہے کہ کروڑوں کی بات ٹھیک ہے نا تو بابا جی رحمۃ اللہ علیہ جب وہ چلے گئے سارے تو بابا جی نے اپنے خادم کو کہا جاؤ بار شہنشاہ ہندوستان کھڑا ہے کون کھڑا ہے شہنشاہ ہندوستان وہ خادم گیا بار اس نے دیکھا اس کو بادشاہوں کو بھی پتا تھا کہ بادشاہ بادشاہ ہوتا ہے کس کو نہیں پتا منسٹر یا وہ جو بات ہے تو دیکھا تو ایک نا وندر آ کے کہہ لگا بابا جی سارے بات وہ تو جو آئے تھے سارے چلے گئے اب تو وہاں کوئی نہیں ہے فرمایا جاؤ شہنشاہ ہندوستان کھڑا ہے پھر وہ گیا باہر پھر دیکھا تو دیکھا بھائی میلی سی بلی اور چادر ڈال رکھے ہوئے سائڈ پر کھڑا ہے آپ نے صادق صاحب نے آگے کہا حضور وہ ایک میلا یا بندہ تو کل ہوتا ہے بابا جی نے کیا ہے وہ یہ تو شہنشاہ ہندوستان ہے وہی تو شہنشاہ ہندوستان ہے بلاؤ سے اب یہ جو خادم تھا یہ بڑا سوچنے لگا جا کے اس نے بھی بڑی عجیب سی میں کہا آؤ شہنشاہ تھا اب وہ دیکھے کہ یہ میرے ساتھ اس نے مذاق کیوں کیا وہ غریب آدمی
न्यासुद्दीन बलबन जो गुरबत का मारा हुआ था, जिसके पास पूरा लिबास नहीं था, उसने देखा है तो ये किसको कह रहा है, तो वो सब जाके ये जो बाबा जी का खादम है इसने यकीन मेरे साथ तजिया मजाया बात किया। वो चले गए बाबा जी रहमतुल्लाह अलैह की बारगाह में हाजिर हुआ। बाबा जी ने बताया और फरमाया क्या तू शायद चाहे हिंदुस्तान रियासुद्दीन बलबन कहता है कि पहले पहले मुझे शर्मिंदगी हुई कि यार ये मैं ये कैसे हूँ कैसे, फिर जब बाहर निकला तो मेरे पर एक कैफियत तारी हुई और मुझे महसूस हुआ कि कहने वाला कौन है यार, ये कोई आम बंदा कहता तो मैं मजाक समझता, मैं तंज समझता, ये तो खादिम ने कहा मैंने सुना ये मजाक किया मुझे शर्मिंदा था, ये कहने वाला तो बाबा फरीद है, कहने वाला बाबा फरीद। तो फरमाया उस दिन मुझे यकीन हो गया कि मैं शायद चाहे हिंदुस्तान पर हूं। सुभान अल्लाह, चार यार हाजी ख्वाजा कुतुब फरीद हक फरीद या फरीद हक फरीद या। और मजे की बात यह है कि वो कहता है उसके बाद खुदा ने ऐसे असबाब मुहैया किए कि मैं हिंदुस्तान, उससे पहले गालिबा ने खिलजी दौर जीता, खिलजी दौर, खिलजियों की फौज का एक मामूली में सिपाही भर्ती हो गया, मामूली सिपाही चलते चलते फिर वो मकाम आया कि शहनशाह हिंदुस्तान गया सुखी पल 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 सल्तनत इस ये जो है खिलजी रियासुद्दीन बलबन शाहबुद्दीन गौरी और कुतुबुद्दीन ऐबक वगैरह, कुतुबुद्दीन ऐबक की खबर पता है पता है कुछ पता भी है कुछ नहीं तो हम पता है ये कौन है बच्चा ये बेटा है मेरा। हाँ देखिए लाहौर जब जाए ना लाहौर में गालिब अनार अनार कहीं की बैक साइड पर वही उसकी दवा तो पूरे लगभग हिंदुस्तान का पाचा ये दौर है दौरे गुलामा यानी दुनिया में कभी कहीं पर गुलाम बादशाह नहीं बना पर मुस्तफा के गुलाम बादशाह बने। सुभान अल्लाह। तो वो कहता है मैं फिर ऐसा हुआ कि खुदा रब्बे कायनात ने काया पर गलती और मैं फिर क्या बन गया, इसलिए मैंने लिखा कि तख्त सारे ताज सारे बांटते हैं गुलाम उनके, सरकारें दो आलम सल्लल्लाहु अलैहि वसल्लम के बाबा फरीद गुलाम है, कायनात में ऐसा कोई दिखा दे जो मुस्तफा का गुलाम ना हो, जो मानता वो भी गुलाम है, जो नहीं मानता वो भी गुलाम है। क्यों जड़ा है वो अगर अखबार की इश्तहार कर देवे कि भाई जड़ा लगे मैं सुनाक करता है मेरा पुत्र नहीं, पुत्र आके मैं भी प्यो नहीं मानता, पुत्र अगर आके मैं प्यो अपने प्यो नहीं प्यो